ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ। ਕੱਲ੍ਹ ਆਪਾਂ ਕਿਊਬ ਰੂਟ ਕਰਿਆ ਸੀ। ਕਿਊਬ ਰੂਟ ਦੇ ਵਿੱਚ ਬਹੁਤ ਵਧੀਆ ਰਿਸਪੋਂਸ ਮਿਲਿਆ ਤੁਹਾਡਾ ਮੈਨੂੰ। ਸਾਰੇ ਬੱਚਿਆਂ ਨੇ ਬਹੁਤ ਵਧੀਆ ਪੇਪਰ ਕਲੀਅਰ ਕੀਤਾ। ਇਹ ਜਿਹੜਾ ਨਾ ਮੈਂ 4-5 ਤੁਹਾਨੂੰ ਦਿੱਤੇ ਸੀ ਪ੍ਰੈਸ਼ਨ, ਅਤੇ ਧੰਨਵਾਦ ਤੁਹਾਡਾ ਬਹੁਤ ਬਹੁਤ ਪੁੱਤਰੋ, ਵਧੀਆ ਢੰਗ ਨਾਲ ਤਿਆਰੀ ਕਰਨ ਵਾਸਤੇ। ਠੀਕ ਹੈ, ਅਤੇ ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ ਕਿਊਬ ਰੂਟ। ਇਹ ਆਪਾਂ ਸਕੇਅਰ ਰੂਟ ਅਤੇ ਕਿਊਬ ਰੂਟ 'ਚ ਕੀ ਫਰਕ ਹੁੰਦਾ, ਪਹਿਲਾਂ ਤਾਂ ਆਪਾਂ ਇਹ ਚੀਜ਼ ਸਮਝਣ ਦੀ ਲੋੜ ਆ ਆਪਾਂ ਨੂੰ ਸਕੇਅਰ ਰੂਟ ਅਤੇ ਕਿਊਬ ਰੂਟ ਕੀ ਹੁੰਦਾ। ਸਕੇਅਰ ਰੂਟ ਦਾ ਤੁਹਾਨੂੰ ਮੈਂ ਕੱਲ੍ਹ ਸਮਝਾਤਾ ਸੀ ਬੱਚੋ, ਸਕੇਅਰ ਰੂਟ ਕੀ ਚੀਜ਼ ਹੈ। ਸਕੇਅਰ ਰੂਟ ਉਹ ਚੀਜ਼ ਹੁੰਦਾ ਜਦੋਂ ਦੋ ਚੀਜ਼ਾਂ, ਦੋ ਇਹੋ ਜਿਹੀਆਂ ਸੰਖਿਆਵਾਂ ਜਿਹੜੀਆਂ ਇੱਕੋ ਜਿਹੀਆਂ ਹੁਣ, ਉਹਨਾਂ ਨੇ ਆਪਾਂ ਗੁਣਾ ਕਰਦੇ ਤਾਂ ਕਿਊਬ ਰੂਟ ਆ ਜਾਂਦਾ ਹੁੰਦਾ। ਜਿਵੇਂ 5 × 5 ਕਰਤੇ 25 ਆ ਗਿਆ। ਜੇ ਆਪਾਂ ਨੂੰ ਆਹ ਚੀਜ਼ ਮਿਲ ਜਾਏ ਕਿਤੇ ਲੱਗੀ, ਤਾਂ ਮਤਲਬ ਇਹ ਹੋਊਗਾ ਕਿ ਕਿਹਦਾ ਕਿਊਬ ਰੂਟ ਆ ਭਾਈ 25 5 ਦਾ। ਉਹ ਸਕੇਅਰ ਰੂਟ ਬੱਚੋ, ਸਕੇਅਰ ਰੂਟ, ਸੋਰੀ, ਸਕੇਅਰ ਰੂਟ, ਓਕੇ। ਅਤੇ ਕਿਊਬ ਰੂਟ ਕੀ ਹੁੰਦਾ, ਜਿਹੜਾ ਕਿਊਬ ਰੂਟ ਹੋਊਗਾ ਉੱਥੇ 'ਤੇ ਤੀਆ ਲੱਗ ਜੂਗਾ। ਕਿਊਬ ਰੂਟ ਦੇ ਵਿੱਚ ਇੱਥੇ ਤੀਆ ਲੱਗ ਜੂਗਾ, ਕਿਉਂਕਿ ਸਕੇਅਰ ਦੀ ਵੈਲਿਊ ਹੀ, ਜਿਹੜਾ ਸਕੇਅਰ ਹੁੰਦਾ ਆਹ ਚੀਜ਼ ਹੁੰਦੀ ਬੱਚੇ ਰੂਟ, ਇਹਦੀ ਵੈਲਿਊ ਹੀ 2 ਹੁੰਦੀ ਹੈ। ਧਿਆਨ ਨਾਲ ਸਮਝੋ, ਜਿਹੜਾ ਬੱਚੋ ਆਹ ਹੁੰਦਾ ਗਾ ਇੰਨਾ ਇੰਨਾ, ਇਹਦੀ ਵੈਲਿਊ 2 ਹੁੰਦੀ ਹੈ। ਠੀਕ ਹੈ, ਕਹਿਣ ਦਾ ਮਤਲਬ ਜੇ ਆਪਾਂ ਨੂੰ 25 ਐਸਲੋਟ ਮਿਲ ਜੇ ਜਾਂ 625 ਐਸਲੋਟ ਮਿਲ ਜੇ, ਪੁੱਛ ਲੈਣ ਕੀ ਚੀਜ਼ ਹੈ, ਤਾਂ ਆਪਾਂ ਕਹਿ ਦੇਣਾ ਭਾਈ ਆਹਦਾ ਇਹਦੀ ਸੰਖਿਆ, ਇਹਦਾ ਮਤਲਬ 5 ਹੈ, ਇਹਦਾ ਮਤਲਬ 25 ਹੈ। ਓਕੇ ਜੀ, ਕੱਲ੍ਹ ਆਪਾਂ ਕੀਤਾ ਸੀ 4 ਅੰਕਾਂ ਵਾਲੀਆਂ ਸੰਖਿਆਵਾਂ ਸੀ ਜਿਹੜੀਆਂ, ਜਿਵੇਂ 4 ਅੰਕਾਂ ਵਾਲੀਆਂ ਆਪਾਂ ਜੋ ਵੀ ਕੀਤੀਆਂ ਸੀ। ਅੱਜ ਆਪਾਂ, ਮੈਂ ਤੁਹਾਨੂੰ ਦੱਸ ਦਾਂਗਾ ਜੇ ਆਪਾਂ ਇਹਨੂੰ ਅਗਲਾ ਕਰਨਾ ਹੋਵੇ ਉਹ ਕਿਵੇਂ ਕਰਾਂਗੇ। ਠੀਕ ਹੈ ਜੀ, ਜਿਵੇਂ ਹੁਣ ਮੈਨੂੰ ਪ੍ਰੈਸ਼ਨ ਪਾਤਾ ਉਹਨਾਂ ਨੇ ਭਾਈ, ਕਹਿੰਦੇ ਦੱਸੋ ਇਹਦਾ ਸਕੇਅਰ ਰੂਟ ਕੀ ਹੋਊਗਾ, ਇਹਦਾ ਸਕੇਅਰ ਰੂਟ ਕੀ ਹੋਊਗਾ, ਆਪਾਂ ਤੋਂ ਇਹ ਚੀਜ਼ ਪੁੱਛ ਲਈ ਉਹਨਾਂ ਨੇ, ਤਾਂ ਇਹਦਾ ਸਕੇਅਰ ਰੂਟ ਕਿਵੇਂ ਕੱਢਾਂਗੇ ਬੱਚਿਓ। ਆਪਾਂ ਸਭ ਤੋਂ ਪਹਿਲਾਂ ਆਪਾਂ ਪਿਛਲਾ 4 ਚੱਕਾਂਗੇ, ਉਹ ਕੱਲ੍ਹ ਆਪਾਂ ਕਰਕੇ ਗਏ ਸੀ 4 ਅੰਕ ਸੀ ਉਹਦੇ ਵਿੱਚ, ਅੱਜ ਇਹਦੇ 5 ਆ ਗਏ। ਬਸ ਮੈਥਡ ਆ ਜਿਹੜਾ ਉਹ ਸੇਮ ਟੂ ਸੇਮ ਹੀ ਚੱਲੂ ਪਿਛਲਾ, ਆਹ ਚੀਜ਼ ਚੱਕਣੀ ਹੈ, ਇਹਦਾ ਵੀ ਸਿਰਫ 21 ਅੰਕ ਚੱਕਣਾ। 4 ਕਿਹਦੇ ਕਿਹਦੇ ਮਗਰ ਆ ਰਿਹਾ, 2 ਦੇ ਮਗਰ ਆ ਰਿਹਾ, ਅਤੇ ਹੋਰ 4 ਕਿਹਦੇ ਮਗਰ ਆਉਂਦਾ, 8, 8, 64 ਦੇ ਮਗਰ ਆਉਂਦਾ। ਓਕੇ ਜੀ, ਇੱਥੋਂ ਤੱਕ ਕਲੀਅਰ ਹੋ ਗਿਆ ਹੋਣਾ। ਇਸ ਤੋਂ ਬਾਅਦ ਆਪਾਂ ਦੇਖਣਗੇ, ਕਿਉਂਕਿ ਸੰਖਿਆ ਵੱਡੀ ਹੈ, ਸੰਖਿਆ ਵੱਡੀ ਹੈ ਤਾਂ ਇਹਦਾ ਮਤਲਬ ਇੱਥੇ ਵੀ ਆਂਸਰ ਵੱਡੀ ਆਉਣਾ ਚਾਹੀਦਾ ਕਿ 104 ਕਿਹਦੇ ਕਿਹਦੇ ਸਕੇਅਰ ਦੇ ਵਿਚਾਲੇ ਆਉਂਦਾ। 104 ਆਉਂਦਾ ਬੱਚੋ 10 ਦੀ ਸਕੇਅਰ 100, ਅਤੇ 11 ਦੀ ਸਕੇਅਰ 121। ਇਹਨਾਂ ਦੇ ਵਿੱਚੋਂ ਜਿਹੜੀ ਮੂਹਰੇ ਰਕਮ ਹੁੰਦੀ ਹੈ, ਛੋਟੀ ਰਕਮ ਹੁੰਦੀ ਹੈ, ਉਹ ਆਪਾਂ ਚੱਕਦੇ ਹੁੰਦੇ ਹਾਂ। ਕਿੰਨਾ ਚੱਕਾਂਗੇ ਬੱਚੋ ਆਪਾਂ? 10 ਚੱਕ ਲਿਆ। ਠੀਕ ਹੈ, ਹੁਣ ਆਪਾਂ ਕੀ ਕਰਨਾ, ਹੁਣ ਆਪਾਂ ਦੇਖਣਾ ਕਿ ਇਹਨਾਂ 'ਚ ਆਪਾਂ 2 ਲਾਉਣਾ ਹੈ ਕਿ 8 ਲਾਉਣਾ, ਤਾਂ ਉਹਦੇ ਵਾਸਤੇ ਆਪਾਂ ਕੀ ਕਰਦੇ ਹੁੰਦੇ, 10 ਅਤੇ 11 ਦੇ ਆਪਸ ਦੇ ਵਿੱਚ ਗੁਣਾ ਕਰ ਦਿੰਦੇ ਹੁੰਦੇ ਹਾਂ। 0 1 0 1, ਇਹ ਬਣ ਗਿਆ 110। ਹੁਣ ਤੁਸੀਂ ਇਹ ਦੱਸੋ ਕਿ 110 ਤੋਂ 104 ਛੋਟਾ ਤਾਂ ਵੱਡਾ, 110 ਤੋਂ ਜੀ 104 ਛੋਟਾ, ਤਾਂ ਆਪਾਂ ਛੋਟੀ ਰਕਮ ਚੱਕ ਲੈਂਦੇ ਹਾਂ। ਇਹ ਬੱਚੋ ਕਿਊਬ ਹੈ, ਕਿਹਦਾ ਸਕੇਅਰ ਹੈ ਇਹ? 102 ਦਾ ਸਕੇਅਰ ਹੈ। ਓਕੇ ਜੀ, ਇਹ ਗੱਲਾਂ ਧਿਆਨ 'ਚ ਰੱਖਣੀਆਂ ਹੈਗੀਆਂ। ਆਹ ਕਿਊਬ ਰੂਟ ਪਏ ਆਪਣੇ ਦੂਸਰੇ ਵੀ, ਇਹਨਾਂ ਦੀ ਵੀ ਨਿਗਾਹ ਮਾਰ ਲਿਓ। ਹੁਣ ਮੈਂ ਇੱਕ ਹੋਰ ਕੱਢ ਕੇ ਦਿਖਾਉਣਾ ਤੁਹਾਨੂੰ, ਕਿਉਂਕਿ ਲੇਵਲ ਆਪਾਂ ਥੋੜ੍ਹਾ ਜਿਹਾ ਹਾਈ ਰੱਖਣਾ ਬੱਚਿਓ। ਠੀਕ ਹੈ, ਆਹ ਪਾਤਾ ਉਹਨਾਂ ਨੇ ਭਾਈ ਮੈਨੂੰ। ਠੀਕ ਹੈ ਜੀ, ਕੀ ਪਾਤਾ? ਆਹ ਸੰਖਿਆ ਮੈਨੂੰ ਉਹਨਾਂ ਨੇ ਪਾਤੀ, ਕਹਿੰਦੇ ਭਾਈ ਇਹਦਾ ਸਾਨੂੰ ਦੱਸੋ ਸਕੇਅਰ ਰੂਟ ਕਿੰਨਾ ਆਊਗਾ। ਉਹੀ ਚੱਕਰ ਆ ਬੱਚਿਓ, ਕੋਈ ਘਬਰਾਉਣ ਵਾਲੀ ਗੱਲ ਨਹੀਂ ਇਹਦੇ ਵਿੱਚ। ਆਪਾਂ ਕੀ ਕਰਨਾ, ਪਹਿਲਾਂ ਪਿਛਲਾ ਚੱਕੋ, ਪਿਛਲਾ ਚੱਕੋ ਆਪਾਂ ਪਹਿਲਾਂ, ਅਤੇ ਜਿਹੜਾ ਆਪਾਂ ਪਿਛਲਾ ਚੱਕਾਂਗੇ, ਪਹਿਲਾਂ ਆਪਾਂ ਦੇਖਣਾ ਕਿ 6 ਕਿਹਦੇ ਕਿਹਦੇ ਮਗਰ ਆਉਂਦਾ। 6 ਆਉਂਦਾ ਬੱਚੋ, ਉਹ ਆਪਾਂ ਜਿਹੜਾ ਇਹ ਪਿਛਲਾ ਦੇਖਣਾ ਹੁੰਦਾ, ਇਹ ਆਪਾਂ 1 ਤੋਂ 10 ਤੱਕ ਹੀ ਦੇਖਣਾ ਹੁੰਦਾ, ਇਸ ਤੋਂ ਬਾਅਦ ਨਹੀਂ ਦੇਖਣਾ ਹੁੰਦਾ। ਅਤੇ ਇਹਦੇ 'ਚ 6 ਕਿਆ ਕਿਹਦੇ ਮਗਰ ਆਉਂਦਾ? 1 ਦਾ ਆਉਂਦਾ ਬੱਚੋ 6 × 6 36, 2 × 3 9 ਚੌਂਕ 1 ਆਉਂਦਾ ਚੌਂਕੇ ਦੇ ਮਗਰ। 6 ਆ ਕਿਹਦੇ ਕਿਹਦੇ ਮਗਰ ਆਉਂਦਾ ਬੱਚਿਓ? 6 ਆ ਕਿਹੜਾ ਚੌਂਕੇ ਦੇ ਮਗਰ ਆਉਂਦਾ, ਔਰ 1 6 ਦੇ ਮਗਰ ਆਉਂਦਾ। ਠੀਕ ਹੈ ਜੀ, 6 ਆ ਚੌਂਕੇ ਦੇ ਅਤੇ 6 ਦੇ ਮਗਰ ਆਉਂਦਾ। ਹੁਣ ਚੱਕਣਾ ਆਪਾਂ ਮੂਰਲਾ, ਆਹ 4 ਅੱਖਰ ਚੱਕਣੇ ਹੁਣ ਆਪਾਂ, ਹੁਣ ਆਪਾਂ 4 ਅੱਖਰ ਚੱਕਣਾ। ਚਲੋ ਮੰਨਦੇ ਹਾਂ 20 ਤੱਕ ਤਾਂ ਆਪਾਂ ਕਰੇ ਹੋਏ ਆ ਪੁੱਤਰੋ, ਜੇ ਹੁਣ ਵੱਡੀ ਰਕਮ ਦੇ ਦੇਣ ਆਪਾਂ ਨੇੜੇ ਤੋਂ ਨੇੜੇ ਸਕੇਅਰ 'ਤੇ ਜਾਣਾ। ਜੇ ਮੰਨ ਲਓ ਮੈਂ ਕਰਦਾ 50 × 50 ਨਾਲ ਗੁਣਾ ਕਰਦਾ, ਤਾਂ ਮੇਰੇ ਕੋਲ ਕਿੰਨਾ ਆਜੂਗਾ? 2500 ਆਜੂਗਾ। ਠੀਕ ਹੈ, ਜੇ 50 × 50 ਨਾਲ ਕਰਦਾ 2500 ਆਜੂਗਾ, ਮੇਰੇ ਮੈਂ 51 × 51 ਨਾਲ ਕਰਕੇ ਦੇਖਦਾ। ਇਹ ਆ ਗਿਆ ਮੇਰੇ ਕੋਲ 51 × 51 ਨਾਲ ਕਰੀ 2601, ਕਿੰਨਾ ਆ ਗਿਆ ਬੱਚੋ ਮੇਰੇ ਕੋਲ? 2601 ਆ ਗਿਆ। ਤਾਂ ਹੁਣ ਮੈਂ ਇੱਥੇ ਲਾ ਲਿਆ ਭਾਈ 51 × 51 ਨਾਲ ਕਰੀ ਤਾਂ ਮੇਰੇ ਕੋਲ 2601 ਆ ਗਿਆ। ਹੁਣ ਮੈਂ 52 × 52 ਨਾਲ ਕਰਕੇ ਦੇਖਦਾ, ਮੈਂ ਦੇਖਦਾ ਕਿ ਇਹ ਜਿਹੜੀ ਇੰਨੀ ਸੰਖਿਆ 2872 ਕਿਹਦੇ ਕਿਹਦੇ ਵਿਚਾਲੇ ਆ ਰਹੀ ਹੈ। ਤਾਂ ਮੈਂ ਜਦੋਂ 52 × 52 ਨਾਲ ਕਰੂੰਗਾ ਬੱਚੋ, ਇਹ ਆਜੂਗਾ 2704। ਜੋ 52 × 52 ਨਾਲ ਕਰੂੰਗਾ 2704 ਆਜੂਗਾ। ਤਾਂ ਕਹਿਣ ਦਾ ਮਤਲਬ ਕਿ 51 ਤੱਕ ਤਾਂ ਕੋਈ ਆਪਾਂ ਨੂੰ ਮਤਲਬ ਨਹੀਂ ਰਿਹਾ,
ਆਪਾਂ ਨੂੰ ਸਾਨ ਇਹਦੇ ਸਾਨੂੰ ਵਿਚਾਰੇ ਰਕਮ ਚਾਹੀਦੀ ਹੈ। ਹੁਣ ਮੈਂ ਕਰੂੰਗਾ 53 ਦੀ 53 ਨਾਲ, ਤਾਂ ਇਹ ਬਣ ਗਿਆ 53 ਦੀ 53 ਨਾਲ ਕਰਦਾ ਜਦੋਂ ਮੈਂ 2809, 53 ਦੀ 53 ਨਾਲ ਕਰੀ ਮੇਰੇ ਕੋਲ ਆ ਗਿਆ 2809। ਇਹਦਾ ਮਤਲਬ 52 ਦੀ ਵੀ ਮੈਨੂੰ ਕੋਈ ਲੋੜ ਨਹੀਂ। ਹੁਣ ਮੈਂ 53 54 ਗੁਣਾ 54 ਕਰਕੇ ਦੇਖਦਾ, ਜਦੋਂ ਇਹ ਆ ਗਿਆ ਮੇਰੇ ਕੋਲ 2916। ਕਹਿੰਦਾ ਮਤਲਬ ਜਿਹੜੀ ਸੰਖਿਆ ਆ ਰਹੀ ਹੈ ਪੁੱਤਰੋ, ਜਿਹੜੀ ਆਪਣੇ ਕੋਲ ਸੰਖਿਆ ਆ ਰਹੀ ਆ 2872 ਹੈਗਾ, ਇਹ ਕਿਹਦੇ ਕਿਹਦੇ ਵਿਚਾਲੇ ਆ ਰਿਹਾ? 53 ਅਤੇ 54 ਦੇ ਵਿਚਾਲੇ ਆ ਰਿਹਾ, 53 ਅਤੇ 54 ਦੇ ਵਿਚਾਲੇ ਆ ਰਿਹਾ। ਇਹਦੇ ਵਿੱਚ ਆਪਾਂ ਕਿਹੜੀ ਚੱਕ ਰਕਮ ਚੱਕਦੇ ਹੁੰਦੇ? ਛੋਟੀ ਰਕਮ ਚੱਕਦੇ ਹੁੰਦੇ ਹਾਂ। ਛੋਟੀ ਕਿਹੜੀ ਚੱਕਾਂਗੇ ਆਪਾਂ ਬੱਚਿਓ? 53 ਚੱਕਾਂਗੇ, ਠੀਕ ਹੈ। ਇਸ ਤੋਂ ਬਾਅਦ ਰੌਲਾ ਪੈਂਦਾ ਇਹਦਾ ਕਿ ਆਪਾਂ 4 ਲਾਵਾਂਗੇ ਕਿ 6 ਲਾਵਾਂਗੇ, 4 ਲਾਵਾਂਗੇ 6 ਲਾਵਾਂਗੇ। ਇਹਦੇ ਵਾਸਤੇ ਆਪਾਂ ਕੀ ਕਰਾਂਗੇ? 54 ਗੁਣਾ 53 ਕਰਕੇ ਦੇਖਾਂਗੇ। ਜੋ 54 ਗੁਣਾ 53 ਕਰਾਂਗੇ ਬੱਚੋ, ਆਪਣੇ ਕੋਲ ਆ ਜੂਗਾ 2862। ਹੁਣ ਤੁਸੀਂ ਇਹ ਦੱਸਣਾ ਹੈਗਾ 2862 ਤੋਂ ਇਹ ਰਕਮ ਵੱਡੀ ਹੈ ਤਾਂ ਛੋਟੀ ਹੈ, ਇਹ ਰਕਮ ਬੱਚੋ ਹੈਗੀ ਵੱਡੀ ਵੱਡੀ ਹੈ ਤਾਂ ਫਿਰ ਆਪਾਂ ਲਾ ਦਾਂਗੇ 536। ਆਨਸਰ ਆ ਗਿਆ, ਠੀਕ ਹੈ ਜੀ। ਕਿਉਂਕਿ ਵੱਡਾ ਸਕੇਅਰ ਵੀ ਆਪਾਂ ਨੂੰ ਪੁੱਤਰੋ ਪਾ ਸਕਦੇ ਆ, ਉਹ ਵੱਡਾ ਸਕੇਅਰ ਵੀ ਆਪਾਂ ਗਾਂਹ ਵਾਲੀ ਸੋਚ ਕੇ ਚੱਲਣਾ। ਹੁਣ ਤੁਹਾਨੂੰ ਅਗਲਾ ਪਾਉਣਾ ਮੈਂ ਐਕਸਪ੍ਰੈਸ਼ਨ ਹੋਰ, ਠੀਕ ਹੈ, ਉਹ ਤੁਸੀਂ ਆਪ ਕੱਢਣਾ ਗਾ। ਚੱਲ ਇੱਕ ਮੈਂ ਕਰਦਾ, ਇੱਕ ਤੁਸੀਂ ਆਪ ਕੱਢ ਦਿਓ ਉਹਦੇ ਨਾਲ ਦਾ। ਆਪਾਂ ਨੂੰ ਐਂ ਲਿਖ ਦੇਣਗੇ ਪੇਪਰ 'ਚ 531, 441 ਦਾ ਸਕੇਅਰ ਰੂਟ ਦੱਸੋ ਵੀ ਕਿੰਨਾ ਆਊਗਾ, ਡਾਇਰੈਕਟਲੀ ਲਿਖਿਆ ਆਊਗਾ ਇਹ। ਸਭ ਤੋਂ ਪਹਿਲਾਂ ਆਪਾਂ ਦੇਖਣਾ ਇੱਕ ਗਿਰੀ ਕਿਹਦੇ ਮਗਰ ਆਉਂਦਾ, ਇੱਕ ਬੱਚੇ ਇੱਕ ਤਾਂ ਆਉਂਦਾ 1 ਦੇ ਮਗਰ, ਇੱਕ ਆਉਂਦਾ 9 ਦੇ ਮਗਰ, ਕਿਉਂਕਿ 9 9 81 ਹੁੰਦੇ ਆ। ਓਕੇ ਜੀ, ਹੁਣ ਆਪਾਂ ਆਹ ਰਕਮ ਦੇ ਨੇੜੇ ਜਾਣਾ, ਠੀਕ ਰਕਮ ਦੇ ਵਿੱਚ ਨੇੜੇ ਜਾਣਾ, ਇਹਦੇ ਜਾਣਾ ਨੇੜੇ ਆਪਾਂ। ਦੇਖੋ ਇੱਥੋਂ ਤੁਸੀਂ ਸਿੱਧਾ ਅੰਦਾਜ਼ਾ ਲਾ ਲਿਓ ਕਿ ਜੇ ਆਪਾਂ 40 ਦੀ 40 ਨਾ ਕਰੀਏ, ਠੀਕ ਹੈ, 40 ਗੁਣਾ 40 ਕਰਕੇ ਦੇਖੀਏ ਆਪਾਂ, ਤਾਂ ਆਪਣੇ ਕੋਲ 1600 ਬਣਦੇ, ਤਾਂ ਮਤਲਬ ਆਪਾਂ ਨੂੰ ਰਕਮ ਕਾਫੀ ਚਾਹੀਦੀ ਹੈ ਅੱਗੇ ਜਾਣ ਵਾਸਤੇ। ਜੇ ਆਪਾਂ 70 ਦੀ 70 ਨਾਲ ਕਰਦੇ ਹਾਂ ਤਾਂ 5900 ਆਊਗਾ, ਠੀਕ ਹੈ, 70 ਦੀ 70 ਨਾਲ ਕਰਦੇ ਹਾਂ। ਅਤੇ ਜੇ ਆਪਾਂ 73 ਅੰਦਾਜ਼ਾ ਜਿਹਾ ਲਾਉਣਾ, ਤੁਸੀਂ 71 ਲਾ ਲਓ, ਚੱਲ 71 ਗੁਣਾ 71 ਗੁਣਾ 71 ਕਰਦੇ ਤਾਂ ਆਪਣੇ ਕੋਲ ਆ ਗਿਆ 5041। ਇਸ ਤੋਂ ਬਾਅਦ ਆਪਾਂ 72 ਦੀ 72 ਨਾਲ ਕਰਕੇ ਦੇਖੀਏ, 72 ਗੁਣਾ 72 ਇਹ ਆ ਗਿਆ 5184। ਕਿਉਂਕਿ ਰਕਮ ਇਹਦੇ ਨੇੜੇ ਜਾਣੀ ਚਾਹੀਦੀ ਹੈ ਬੱਚੋ, ਜਿਵੇਂ ਤੁਹਾਨੂੰ ਦੱਸਿਆ ਗੱਲ, ਰਕਮ ਇਹਦੇ ਆਪਾਂ ਨੇੜੇ ਲੈ ਕੇ ਜਾਣੀ ਹੈ 5514 ਦੇ, ਉਹ ਆਪਾਂ ਨੂੰ ਸਕੇਅਰ ਚਾਹੀਦਾ ਜਿਹੜਾ ਇਹਨਾਂ ਦੋਨਾਂ ਦੇ ਵਿਚਾਲੇ ਆਉਂਦਾ ਹੋਵੇ। 5184 ਵੀ ਆ ਰਿਹਾ, 73 ਗੁਣਾ 73 ਕਰਕੇ ਦੇਖੀਏ, ਜੇ ਆਪਾਂ ਇਹ ਆਉਂਦਾ 5529, ਦੇਖੋ 73 ਦੀ 73 ਨਾਲ ਕਰਦੇ ਕਿੰਨਾ ਹੋ ਜਾਂਦਾ 5529। ਜੇ ਆਪਾਂ 72 ਦੀ 72 ਨਾਲ ਕਰਦੇ ਹਾਂ 5184, 5184 ਜੇ ਆਪਾਂ 72 ਦੀ 72 ਨਾਲ ਕਰਦੇ ਹਾਂ। ਹੁਣ 72 ਦਾ ਸਕੇਅਰ ਅਤੇ 73 ਦੇ ਸਕੇਅਰ ਦੇ ਵਿਚਾਲੇ ਜਿਹੜੀ ਰਕਮ ਆ ਰਹੀ ਹੈ ਉਹ ਹੈਗੀ 5514। ਛੋਟੀ ਚੱਕਦੇ ਹੁੰਦੇ ਆਪਾਂ, ਇਹ ਤੁਹਾਨੂੰ ਸ਼ੁਰੂ ਤੋਂ ਪਤਾ ਹੈਗਾ, ਜਿਹੜੀ ਦੋਨਾਂ ਦੇ ਵਿੱਚ ਛੋਟੀ ਜਿਹਦੇ ਵਿੱਚ ਆਉਂਦਾ ਹੁੰਦਾ, ਜਿਹੜੀ ਛੋਟੀ ਛੋਟੀ ਹੁੰਦੀ ਉਹ ਚੱਕਦੇ ਹੁੰਦੇ ਆ, ਇਹਨਾਂ ਦੇ ਵਿੱਚ ਆ ਰਿਹਾ ਦੋਨਾਂ ਦੇ, ਤਾਂ ਛੋਟੀ ਚੱਕ ਲਈ। ਹੁਣ ਰੌਲਾ ਰਹਿ ਗਿਆ ਇਹਦਾ ਕਿ ਆਪਾਂ 1 ਲਾਵਾਂਗੇ 9 ਲਾਵਾਂਗੇ, ਇਹਦੇ ਵਾਸਤੇ ਆਪਾਂ ਕੀ ਕਰਦੇ ਹੁੰਦੇ ਹਾਂ? ਇਹਦੇ ਵਾਸਤੇ ਆਪਾਂ 73 ਗੁਣਾ 72 ਕਰਾਂਗੇ, ਤਾਂ ਆਪਣੇ ਕੋਲ ਆਜੂਗਾ ਬੱਚਿਓ 5556। ਜੋ 73 ਦੀ ਗੁਣਾ 72 ਨਾਲ ਕਰਾਂਗੇ ਆਪਾਂ, ਤਾਂ ਆਪਣੇ ਕੋਲ ਆਜੂਗਾ 5556। ਇਹ ਜਿਹੜਾ ਹੁਣ 5556 ਦੇਖਣਾ ਕਿ ਇਹ ਤੋਂ ਛੋਟਾ ਹੈ ਕਿ ਵੱਡਾ, ਵੱਡੇ 5552 ਤੋਂ ਆਹ ਰਕਮ ਛੋਟੀ ਹੈ ਕਿ ਵੱਡੀ ਹੈ? ਇਹ ਹੈਗੀ ਵੱਡੀ, ਵੱਡੀ ਹੈ ਤਾਂ ਫਿਰ ਨਾਇਆ ਲੱਗ ਜੂਗਾ। ਓਕੇ ਜੀ, ਇਹ ਸਵਾਲ ਤਾਂ ਮੈਂ ਕੱਢਤਾ, ਹੁਣ ਦੋ ਸਵਾਲ ਤੁਸੀਂ ਕੱਢਣੇ ਜਿਵੇਂ ਕੱਲ੍ਹ ਕੱਢੇ ਸੀ, ਠੀਕ ਹੈ ਜੀ। ਸੱਤ ਸੌ 41, 321 ਇਹ ਸਵਾਲ ਤੁਸੀਂ ਕੱਢਣਾ ਗਾ, ਠੀਕ ਹੈ ਜੀ। ਸਵਾਲ ਇਹ ਤੁਸੀਂ ਕੱਢ ਕੇ ਲਾਉਣਾ, ਹਰ ਹਾਲ ਦੇ ਵਿੱਚ ਕੱਢਿਆ ਹੋਣਾ ਚਾਹੀਦਾ ਸਵਾਲ ਇਹ। ਇੱਕ ਤੁਸੀਂ ਕੱਢਣਾ ਗਾ 925, 444। ਓਕੇ ਜੀ, ਇੱਕ ਤੁਸੀਂ ਸਵਾਲ ਕੱਢਣਾ ਗਾ 998001। ਇਹ ਤਿੰਨੇ ਸਵਾਲ ਬਾਈ ਹੁਣ ਤੁਸੀਂ ਕੱਢਣੇ ਆ, ਤੁਹਾਡੀ ਜ਼ਿੰਮੇਵਾਰੀ ਹੈ ਸਵਾਲ ਕੱਢਣ ਦੀ ਤਿੰਨੇ, ਠੀਕ ਹੈ, ਇਹ ਸਕੇਅਰ ਰੂਟ ਵਾਲੇ ਸਵਾਲ। ਹੁਣ ਆਪਾਂ ਅੱਗੇ ਆ ਗਏ ਜੀ ਕਿਊਬ ਰੂਟ 'ਤੇ। ਕਿਊਬ ਰੂਟ ਕੀ ਹੁੰਦਾ? ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਸਮਝਾਉਣਾ ਕਿਊਬ ਰੂਟ ਹੁੰਦਾ ਕੀ ਹੈਗਾ। ਕਿਊਬ ਰੂਟ ਬੱਚੇ ਉਹ ਹੁੰਦਾ ਜਦੋਂ ਕਿਸੇ ਚੀਜ਼ ਦੀ ਕਿਸੇ ਇੱਕ ਅੱਖਰ ਦੀ ਗੁਣਾ ਉਸਦੀ ਗੁਣਾ 3 ਵਾਰੀ ਕੀਤੀ ਜਾਵੇ। ਦੇਖੋ ਜਿਵੇਂ 2 × 2 × 2 ਕਿੰਨਾ ਹੋ ਗਿਆ 8, ਜੇ ਆਪਾਂ 2 ਦੀ ਪਾਵਰ 3 ਕਰ ਦਾਂਗੇ ਤਾਂ ਇਹਦਾ ਮਤਲਬ ਵੀ 8 ਹੋਊਗਾ, ਠੀਕ ਹੈ। ਕਿਊਬ ਰੂਟ ਇਹ ਹੁੰਦਾ ਕਿ ਕਿਸੇ ਉਹ ਕਿਹੜੀ ਸੰਖਿਆ ਹੈ, ਇੱਕ ਸੰਖਿਆ ਜਿਹਦੀ 3 ਵਾਰੀ ਗੁਣਾ ਕਰਕੇ ਉਹਦੀ ਚੀ ਆਂਸਰ ਆਵੇ, ਉਹਨੂੰ ਆਪਾਂ ਕਹਿੰਦੇ ਹਾਂ ਕਿਊਬ ਰੂਟ। ਜਿਵੇਂ ਹੁਣ 4 ਨੂੰ ਆਪਾਂ 4/3 ਲਿਖਤਾ, ਇਹਦਾ ਮਤਲਬ ਕੀ ਹੁੰਦਾ? ਜੇ 4 ਦੇ ਉੱਪਰ 3 ਪਾਵਰ ਲਿਖੀ ਹੁੰਦੀ, ਇਹਦਾ ਮਤਲਬ ਇਹ ਹੁੰਦਾ ਕਿ 4 × 4 × 4
ਕਿੰਨਾ ਆ ਗਿਆ 64, ਇਹਦਾ ਮਤਲਬ ਵੀ 64 ਆ ਗਿਆ। ਹੁਣ ਆਪਾਂ ਨੂੰ ਜੇ ਪੁੱਛ ਲਿਆ ਉਹਨਾਂ ਨੇ ਪੇਪਰ ਦੇ ਵਿੱਚ ਕਿ ਭਾਈ 64 ਦਾ ਕਿਊਬ ਰੂਟ ਦੱਸੋ ਕਿੰਨਾ ਗਾ, ਤਾਂ ਆਪਾਂ ਸਿੱਧਾ ਦੱਸ ਦਾਂਗੇ 4। ਕਿਉਂ 4 ਆ? ਕਿਉਂਕਿ ਜਦੋਂ ਆਪਾਂ 4 ਨੂੰ 3 ਵਾਰੀ ਲਿਖਾਂਗੇ ਤਾਂ ਆਪਣੇ ਕੋਲ 64 ਆ ਜੂਗਾ। ਓਕੇ ਜੀ, ਹੁਣ ਕਿਊਬ ਰੂਟ ਕੱਢਣਾ ਸਿਖਾਉਣਾ ਤੁਹਾਨੂੰ, ਕਿਊਬ ਰੂਟ ਕਿਵੇਂ ਕੱਢਦੇ ਹਨ। ਸਭ ਤੋਂ ਪਹਿਲਾਂ ਆਪਾਂ ਕਿਊਬ ਰੂਟ ਕੱਢ ਕੇ ਦੇਖ ਲਈਏ 64 ਦਾ, 64 ਦੀ ਕਿਊਬ ਰੂਟ ਕੱਢ ਕੇ ਦੇਖ ਲਈਏ ਆਪਾਂ ਸਭ ਤੋਂ ਪਹਿਲਾਂ ਭਾਈ 64 ਦਾ ਕਿਊਬ ਰੂਟ ਕੱਢਣਾ ਕਿਵੇਂ ਕੱਢਾਂਗੇ। ਸਭ ਤੋਂ ਪਹਿਲਾਂ ਪਿਛਲੀ ਸੰਖਿਆ ਪਤਾ ਕਰੋ, 4 ਕਿਹਦੇ ਮਗਰ ਆ ਰਿਹਾ? ਇਹ 'ਚ ਇੱਕ ਸੰਖਿਆ ਦੇ, ਉਹਦੇ 'ਚ ਦੋ ਸੰਖਿਆਵਾਂ ਦੇ ਮਗਰ ਆਉਂਦਾ ਹੁੰਦਾ। ਕਿਊਬ ਰੂਟ ਵਾਲੇ 'ਚ ਵਿੱਚ ਵੀ ਆਪਾਂ 1 ਤੋਂ ਲੈ ਕੇ 10 ਤੱਕ ਹੀ ਦੇਖਣਾ, ਬਸ ਉਹ ਇੱਕ ਸੰਖਿਆ ਦੇ ਮਗਰ ਹੀ ਆਊਗਾ ਅੱਖਰ। ਤਾਂ ਆਪਾਂ ਦੇਖਾਂਗੇ ਬੱਚੋ ਕਿ 4 ਆ ਰਿਹਾ 4 ਦੇ ਮਗਰ। ਹੁਣ ਆਪਾਂ ਦੇਖਣਾ 6, ਠੀਕ ਹੈ? ਇੱਥੋਂ ਸਿੱਧੀ ਇੱਥੋਂ ਚੀਜ਼ ਤੋਂ ਕਨਫਰਮ ਹੋ ਗਿਆ ਕਿ ਬਸ 64 ਕਿਹਦੇ ਮਗਰ ਆ ਰਿਹਾ? 4 ਦੇ ਮਗਰ, ਬਸ ਆਨਸਰ ਆ ਗਿਆ। ਓਕੇ ਜੀ, ਜੇ ਆਪਾਂ ਨੂੰ ਪੁੱਛਣ ਦੇ ਭਾਈ 27 ਦਾ ਕਿਊਬ ਰੂਟ ਦੱਸੋ, 27 ਦਾ ਕਿਊਬ ਰੂਟ, ਤਾਂ 7 ਕਿਹਦੇ ਮਗਰ ਆ ਰਿਹਾ? 7 ਆ ਰਿਹਾ 30 ਦੇ ਮਗਰ, ਇਹਦਾ ਕਿਊਬ ਰੂਟ ਕਿੰਨਾ? 3। ਜੇ ਆਪਾਂ 3 ਦੀ 3 ਵਾਰੀ ਗੁਣਾ ਕਰ ਦਾਂਗੇ ਤਾਂ ਕਿਊਬ ਰੂਟ ਆ ਜੂਗਾ। ਹੁਣ ਆਪਾਂ ਕਰਦੇ ਹਾਂ ਥੋੜ੍ਹੀਆਂ ਜਿਹੀਆਂ ਵੱਡੀਆਂ ਸੰਖਿਆਵਾਂ ਦਾ ਕਿਊਬ ਰੂਟ। ਵੱਡੀਆਂ ਸੰਖਿਆਵਾਂ ਕਿਹੜੀਆਂ ਕਿਹੜੀਆਂ ਆ ਗਈਆਂ? ਜਿਵੇਂ ਕਿ ਆ ਗਈ ਭਾਈ ਆਪਣੇ ਕੋਲ 125 ਦਾ ਤੁਸੀਂ ਕਿਊਬ ਰੂਟ ਕੱਢੋ, ਕਿਊਬ ਰੂਟ ਦੇ ਮੂਹਰੇ 3 ਲੱਗਿਆ ਵਾ ਹੋਊਗਾ ਪੁੱਤਰੋ। ਇਹਦੇ ਵਿੱਚ ਕੀ, ਇਹਦੇ 'ਚ ਵੀ ਉਵੇਂ ਜਿਵੇਂ 1 ਤੋਂ ਲੈ ਕੇ 10 ਤੱਕ ਦੇਖਣਾ, ਉਹਦੇ ਵਿੱਚ ਤਾਂ ਕਈ ਵਾਰੀ 2 ਰਕਮਾਂ ਦੇ ਪਿੱਛੇ 1 ਕਾਮਨ ਅੱਖਰ ਆ ਜਾਂਦਾ ਸੀ। ਉਹ 'ਚ ਆਪਾਂ ਨੂੰ ਇਹ ਗੁਣਾ ਕਰਕੇ ਦੇਖਣਾ ਪੈਂਦਾ ਸੀ ਕਿ ਕਿਹੜਾ ਅੱਖਰ ਲਾਈਏ ਕਿਹੜਾ ਅੱਖਰ ਨਾ ਲੱਗੇ, ਪਰ ਇਹ ਤੋਂ ਸੌਖਾ, ਇਹਦੇ 'ਚ ਐਡਾ ਚੱਕਰ ਨਹੀਂ ਹੈਗਾ ਕੋਈ। ਦੇਖੋ 5 ਕਿਹਦੇ ਕਿਹਦੇ ਮਗਰ ਆ ਰਿਹਾ? 5 ਆ ਰਿਹਾ 5 ਦੇ ਮਗਰ, ਠੀਕ ਹੈ ਜੀ। ਅਤੇ 12 ਕਿਹਦੇ ਕਿਹਦੇ ਵਿੱਚ ਆ ਰਿਹਾ? 12 ਆ ਰਿਹਾ ਇਹਨਾਂ ਦੇ ਵਿੱਚ, 12 8 ਅਤੇ 27 ਦੇ ਵਿੱਚ ਕਿੱਥੇ ਆ ਰਿਹਾ? 12 ਵਿੱਚ ਆ ਰਿਹਾ, ਤਾਂ ਆਪਾਂ ਕਿਹੜੀ ਲਾਉਣੀ ਨਾਲ ਛੋਟੀ ਚੱਕਦੇ ਹੁੰਦੇ ਹਾਂ, ਤਾਂ 25 ਹੈ, ਠੀਕ ਹੈ। ਜੇ ਤੁਸੀਂ ਇਹ ਵੀ ਦਾਓਗੇ ਨਾ, ਅੱਛਾ ਜਿਹੜੇ 5 ਹੀ ਲੱਗ ਜੂ ਬੱਚੋ, ਇਹਦਾ 5 ਹੀ ਲੱਗ ਜੂ, ਕਿਉਂਕਿ ਜੇ 5 ਦੀ 3 ਵਾਰੀ ਗੁਣਾ ਕਰਾਂਗੇ 5 5 25 25 5 125 ਡਾਇਰੈਕਟ ਹੀ ਲੱਗ ਜੂ, ਇਹਦਾ ਕੋਈ ਟਿਕ ਭਰਾਉਣ ਵਾਲੀ ਗੱਲ ਨਹੀਂ, ਕਿਉਂਕਿ 125 ਸਿੱਧੀ ਪਿਆ ਡਾਇਰੈਕਟ, ਮੇਰਾ ਦਿਮਾਗ ਨਹੀਂ ਕੰਮ ਕੀਤਾ ਸੀ, 125 ਸਿੱਧੀ ਪਿਆ ਵਿੱਚ। ਜਿਵੇਂ ਉਹ 343 ਦਾ ਕਹਿਤਾ ਉਹਨਾਂ ਨੇ, ਤਾਂ 343 ਦਾ ਆਪਾਂ ਨੂੰ ਪਤਾ ਹੈਗਾ 30 ਕਿਹਦੇ ਮਗਰ ਆਉਂਦਾ? ਇਹਦੇ ਮਗਰ ਆਉਂਦਾ, ਇਹਦਾ ਕਿਊਬ ਰੂਟ ਕਿੰਨਾ ਹੋਊਗਾ? 7 × 7 × 7 ਆ ਗਿਆ ਆਨਸਰ ਆਪਣੇ ਕੋਲ, ਠੀਕ ਹੈ। ਇੱਕ ਨਾ ਬੱਚੋ ਦਿਸ, ਤੁਹਾਨੂੰ ਗੱਲ ਦੱਸਦਾ, ਔਨਲਾਈਨ ਪੜ੍ਹਾਉਣ ਦੇ ਵਿੱਚ ਪਲੱਸ ਜਿਹੜਾ ਆਪਾਂ ਵੈਸੇ ਪੜ੍ਹਾਉਣਾ ਗਾ ਫੇਸ ਟੂ ਫੇਸ, ਠੀਕ ਹੈ, ਉਹਦੇ ਵਿੱਚ ਥੋੜ੍ਹਾ ਜਿਹਾ ਫਰਕ ਹੁੰਦਾ ਗਾ, ਕਿਉਂਕਿ ਔਨਲਾਈਨ ਦੇ ਵਿੱਚ ਨਾ ਕਈ ਵਾਰ ਚੀਜ਼ ਮਾੜੀ ਮੋਟੀ ਸਕਿੱਪ ਹੋ ਜਾਂਦੀ ਹੈ ਬੱਚੋ, ਤਾਂ ਉਹ ਟੈਨਸ਼ਨ ਨਾ ਲਿਆ ਕਰੋ, ਇੰਨਾ ਤਾਂ ਤੁਸੀਂ ਹੁਣ ਆਪ ਵੀ ਐਕਟਿਵ ਹੋ, ਹੈ ਨਾ, ਕਿ ਤੁਸੀਂ ਹੁਣ ਵਧੀਆ ਲੈਵਲ 'ਤੇ ਪਹੁੰਚ ਗਏ ਮੈਥ ਦੇ ਆਪਣੇ 'ਤੇ, ਕਿ ਜੇ ਤੁਹਾਡੀ ਕੋਈ ਗਲਤੀ ਹੁੰਦੀ ਹੈ ਮੇਥੋਂ ਕੋਈ ਹੋ ਜਾਂਦੀ ਹੈ ਪਲੱਸ ਮਾਈਨਸ ਦੀ, ਕਿਉਂਕਿ ਨੋਰਮਲੀ ਹੈ ਯਾਰ, ਹੈ ਨਾ, ਕਿ ਮਤਲਬ ਵੱਡੇ ਵੱਡੇ ਟੀਚਰਾਂ ਨੂੰ ਗਲਤੀਆਂ ਹੋ ਜਾਂਦੀਆਂ, ਫਿਰ ਆਪਾਂ ਤਾਂ ਹੈ ਵੀ ਕੀ ਚੀਜ਼। ਓਕੇ ਜੀ, ਅਤੇ ਉਹ ਤੁਸੀਂ ਇੰਨਾ ਮਾਈਂਡ ਨਾ ਕਰਿਆ ਕਰੋ, ਤੁਸੀਂ ਆਪ ਸਿਆਣੋ, ਤੁਸੀਂ ਗਲਤੀ ਫੜ ਲਿਆ ਕਰੋ। ਜਿੱਥੇ ਮੈਂ ਗਲਤੀ ਹੁੰਦੀ ਹੈ ਮੈਂ ਇਹ ਨਹੀਂ ਗੱਲ ਕਰਦਾ ਹੁੰਦਾ ਕਿ ਮੈਥੋਂ ਗਲਤੀ ਹੋ ਗਈ, ਮੈਂ ਉਹ ਚੀਜ਼ ਨੂੰ ਇਗਨੋਰ ਕਰਾਂ, ਮੇਰਾ ਹੱਕ ਵੀ ਐਕਸੈਪਟ ਕਰਦਾ ਕਿ ਮੈਥੋਂ ਗਲਤੀ ਹੋਈ ਇੱਥੇ, ਠੀਕ ਹੈ ਜੀ। ਅਤੇ ਇਹ ਕੰਮ ਚੱਲਦਾ ਹੀ ਰਹਿੰਦਾ ਹੁੰਦਾ ਗਾ ਮਾੜਾ ਮੋਟਾ। ਜਿਵੇਂ ਬੱਚੇ ਹੁਣ ਪੁੱਛ ਲਿਆ ਕਿ 503 ਦਾ ਬਈ 512 ਦੱਸੋ ਕਿਊਬ ਰੂਟ ਕੱਢਣਾ, ਆਪਾਂ ਨੂੰ ਪਤਾ ਗਾ ਇਹ ਤਾਂ ਦੱਸੋ, 1 ਤੋਂ ਲੈ ਕੇ 10 ਤੱਕ ਨਾ ਕਿਊਬ ਰੂਟ ਤੁਸੀਂ ਐਜ਼ ਇਟ ਹੀ ਯਾਦ ਕਰ ਲਓ, ਕਿ 6 ਦਾ ਕਿਊਬ ਰੂਟ 216 ਹੁੰਦਾ, 7 ਦਾ 343 ਹੁੰਦਾ, 8 ਦਾ ਇੰਨਾ ਹੁੰਦਾ, 512 ਕਿਹੜਾ ਕਿਊਬ ਰੂਟ 8 ਦਾ ਆਨਸਰ ਆ ਗਿਆ। ਇੱਥੋਂ ਤੱਕ ਆਪਾਂ ਚਲਾ ਲਾਂਗੇ, ਚਲੋ ਇਦੋਂ ਬਾਅਦ ਰੌਲਾ ਪੈਂਦਾ ਉਦੋਂ ਜਦੋਂ ਆਪਾਂ ਨੂੰ ਵੱਡਾ ਰਕਮ ਪੁੱਛ ਲੈਂਦੇ ਆ। ਜਿਵੇਂ ਆਪਾਂ ਤੋਂ ਪੁੱਛ ਲਿਆ ਭਾਈ ਉਹਨਾਂ ਨੇ ਕਿ ਕਿਊਬ ਰੂਟ ਦੱਸੋ ਪੁੱਤਰੋ 156-25 ਦਾ, 156-25 ਦਾ ਕਿਊਬ ਰੂਟ ਦੱਸੋ ਕਿ ਕਿਹੜੀਆਂ ਕਿਹੜੀ ਸੰਖਿਆਵਾਂ ਜਿਹਨੂੰ 3 ਵਾਰੀ ਗੁਣਾ ਕਰੇ ਤੋਂ ਇੰਨਾ ਆਨਸਰ ਆਵੇ, ਬਸ ਉਹੀ ਚੀਜ਼। 5 ਕਿਹਦੇ ਮਗਰ ਆ ਰਿਹਾ? ਇਹਦੇ ਮਗਰ ਆ ਰਿਹਾ 5 ਤੋਂ, ਉਵੇਂ ਜਿਵੇਂ ਲਾ ਲਓ। ਹੁਣ ਆਪਾਂ ਦੇਖਣਾ 156 ਕਿਹਦੇ ਕਿਹਦੇ ਵਿੱਚ ਆ ਰਿਹਾ ਹੈਗਾ, 156 ਕਿਹਦੇ ਕਿਹਦੇ ਵਿੱਚ ਆ ਰਿਹਾ ਨਾ 15, ਸੱਚ 15 ਕਿਹਦੇ ਕਿਹਦੇ ਵਿੱਚ ਆ ਰਿਹਾ? ਮੂਹਰਲਾ ਚੱਕਣੀਆਂ ਆਪਾਂ, ਦੋ ਹੀ ਚੱਕਣੀਆਂ ਹੁੰਦੀਆਂ ਇਹਦੇ 'ਚ, ਤਾਂ 15 ਕਿਹਦੇ ਕਿਹਦੇ ਵਿੱਚ ਆ ਰਿਹਾ? 15 ਆ ਰਿਹਾ ਜੀ ਇਹਦੇ ਵਿੱਚ, ਤਾਂ ਕਿਹੜੀ ਛੋਟੀ ਕਿਹੜੀ ਆ? ਦੂਆ। ਤਾਂ ਜਦੋਂ ਆਪਾਂ 25 ਨੂੰ 3 ਵਾਰੀ ਗੁਣਾ ਕਰਾਂਗੇ ਪੁੱਤਰੋ, ਆਪਣੇ ਕੋਲ ਕੀ ਆ ਜੂਗਾ? ਕਿਊਬ ਰੂਟ 25 ਆ ਜੂਗਾ। ਹੁਣ ਇੱਕ ਤੁਹਾਨੂੰ ਮੈਂ ਹੋਰ ਕੱਢ ਕੇ ਦਿਖਾਉਣਾ ਗਾ, ਦੇਖੋ ਮੈਨੂੰ ਪਤਾ ਬਈ ਉਹਨਾਂ ਨੇ ਅਨਸ ਪ੍ਰਸ਼ਨ ਕਹਿੰਦੇ 42-875 ਦਾ ਤੁਸੀਂ 42-875 ਦਾ ਤੁਸੀਂ ਕਿਊਬ ਰੂਟ ਕੱਢਣਾ ਬੱਚਿਓ, 42-875 ਦਾ ਕਿਊਬ ਰੂਟ ਮੁਹਰੇ 3 ਲੱਗਿਆ ਵਾ ਹੋਊਗਾ ਪੁੱਤਰੋ। ਸਕੇਅਰ ਤਾਂ ਤੁਸੀਂ ਸਿੱਖ ਲਿਆ ਹੋਣਾ, ਹੈ ਨਾ। ਅਤੇ ਦੇਖੋ ਇਹ ਮੈਥ ਨੇ ਨਾ ਬੱਚੇ, ਇਹ ਏ ਬੀ ਸੀ ਹੈ ਮੈਥ ਦੀਆਂ, ਇਹਨੇ ਤੁਹਾਨੂੰ ਧਿਆਨ ਨਾਲ ਕਰਨਾ ਪਊ ਪੂਰਾ, ਤਾਂ ਹੀ ਕਰਕੇ ਮੈਂ ਸਪੈਸ਼ਲ ਲੈਕਚਰ ਲਾਇਆ। ਦੇਖੋ ਐਂਡ 'ਤੇ ਗੱਲ ਕਰਦਾ ਤੁਹਾਡੇ ਨਾਲ, ਫਿਰ ਤੁਸੀਂ ਡਿਸਟਰਬ ਹੋ ਜਾਓਗੇ। 21 ਅੰਕ ਚੱਕ ਲਓ ਪਹਿਲਾਂ, ਤਾਂ ਕਿਹਦੇ ਕਿਹਦੇ ਪਿੱਛੇ ਆ ਰਿਹਾ ਹੈਗਾ? 5 ਮਗਰ ਆ ਰਿਹਾ, ਇਹਦਾ 5 ਲਾ ਲਓ। 5 ਕਿਹਦੇ ਮਗਰ ਆ ਰਿਹਾ? 5 ਦੇ ਮਗਰ ਆ ਰਿਹਾ, 5 ਲਾ ਲਓ।
ਹੁਣ ਰੌਲਾ ਰਹਿ ਗਿਆ 42 ਦਾ ਆਪਣੇ ਕੋਲ। 42 ਕਿਹੜੀ ਕਿਹੜੀ ਸੰਖਿਆ ਦੇ ਵਿੱਚ ਆ ਰਿਹਾ ਹੈਗਾ, ਕਿੰਨਾ ਕਿੰਨਾ ਦੇ ਜੋੜ ਵਿੱਚ 42 ਆ ਰਿਹਾ, 42 ਇੰਨੇ ਇੰਨੇ ਸੰਨ ਦੇ ਵਿੱਚ ਆ ਰਿਹਾ, ਤਾਂ ਆਪਾਂ ਕਿਹੜੀ ਲਾਉਣੀ ਹੁੰਦੀ, ਛੋਟੀ ਰਕਮ ਲਾਉਣੀ ਹੁੰਦੀ 35। ਇਹ ਸੌਖਾ ਗਾ, ਇਹ ਸਕੇਅਰ ਰੂਟ ਤੋਂ ਸੌਖਾ ਗਾ ਕਿਊਬ ਰੂਟ, ਇਹ 'ਚ ਕੋਈ ਐਡੀ ਚੱਕਰ ਵਾਲੀ ਗੱਲ ਨਹੀਂ ਹੈਗੀ, ਠੀਕ ਹੈ। ਉਹਦੇ 'ਚ ਆਪਾਂ ਨੂੰ ਪਹਿਲਾਂ ਗੁਣਾ ਕਰਕੇ ਦੇਖਣੀ ਪੈਂਦੀ ਹੈ ਕਿ ਛੋਟੀ ਰਕਮ ਲਾਉਣੀ ਹੈ ਕਿ ਵੱਡੀ ਰਕਮ ਲਾਉਣੀ, ਇਹਦੇ 'ਚ ਐਡਾ ਚੱਕਰ ਵਾਲੀ ਗੱਲ ਨਹੀਂ ਹੈਗੀ। ਹੁਣ ਮੈਂ ਤੁਹਾਨੂੰ ਅਗਲਾ ਪਾਉਣਾ, ਮੈਨੂੰ ਪਤਾ ਭਾਈ ਕਿਸੇ ਨੇ ਪ੍ਰਸ਼ਨ ਕਿ ਦੱਸੋ 68921 ਦਾ ਤੁਸੀਂ ਕਿਊਬ ਰੂਟ ਕੱਢਣਾ ਬੱਚਿਓ। ਕਿਊਬ ਰੂਟ, ਕਿਊਬ ਰੂਟ ਦਾ ਮਤਲਬ ਤੁਹਾਨੂੰ ਦੁਬਾਰਾ ਫਿਰ ਦੱਸ ਦਿੰਦਾ, ਜਿਹੜੇ ਅੱਖਰ ਦੀ 1 ਦੀ 3 ਨਾਲ ਗੁਣਾ ਕਰਕੇ ਜਿਹੜੀ ਰਕਮ ਆਊਗੀ ਉਹਦਾ ਕਿਊਬ ਰੂਟ ਹੋਊਗਾ। ਜੇ ਕਿਸੇ ਸੰਖਿਆ ਅੰਕ ਦੀ ਆਪਾਂ 2 ਵਾਰੀ ਗੁਣਾ ਕਰਾਂਗੇ ਤਾਂ ਉਹਦਾ ਸਕੇਅਰ ਰੂਟ ਹੋਊਗਾ ਉਸੇ ਦੀ, ਸੇਮ ਟੂ ਸੇਮ ਦੀ। ਦੇਖੋ ਜੇ ਆਪਾਂ 3 ਦੀ 3 ਨਾਲ ਗੁਣਾ ਕਰਾਂਗੇ ਤਾਂ ਕੀ ਆਊਗਾ, 27 ਆਊਗਾ। 27 ਕਿਹਦਾ ਕਿਊਬ ਰੂਟ ਹੈ, 3 ਦਾ ਕਿਊਬ ਰੂਟ ਹੈ। ਜਿੱਥੇ ਲਿਖਦਾ 3 ਗੁਣਾ 3, 9 ਕੀ ਹੈ, 9 3 ਦਾ ਸਕੇਅਰ ਰੂਟ ਹੈ, ਠੀਕ ਹੈ। ਇੱਥੋਂ ਤੱਕ ਤੁਹਾਨੂੰ ਕਲੀਅਰ ਹੀ ਹੈ ਗੱਲ ਬੱਚਿਓ। ਹੁਣ ਦੇਖੋ ਸਭ ਤੋਂ ਸੌਖਾ ਗਾ, ਬਹੁਤ ਮੈਨੂੰ ਉਹਦੇ ਨਾਲ ਸੌਖਾ ਲੱਗਿਆ ਯਾਰ, ਇਹ ਉਹ ਥੋੜ੍ਹਾ ਜਿਹਾ ਔਖਾ ਉਲਝਾਉਂਦਾ ਥੋੜ੍ਹਾ ਜਿਹਾ ਸਕੇਅਰ ਰੂਟ, ਪਰ ਵੈਸੇ ਤੁਸੀਂ ਹੁਸ਼ਿਆਰ ਹੋਵੋਗੇ ਕਰ ਲਿਓ, ਉਹ ਵੀ ਤੁਸੀਂ ਆਰਾਮ ਨਾਲ ਹੀ ਕਰ ਲਿਆ। ਇੱਕ ਕਿਹਦੇ ਕਿਹਦੇ ਮਗਰ ਆ ਰਿਹਾ, ਇੱਕ ਸਿਰਫ ਆ ਰਿਹਾ ਇੱਕ ਦੇ ਮਗਰ, ਇੱਕ ਤੋਂ ਮੈਂ ਜਿਵੇਂ ਤਾਰ ਲਓ। ਹੁਣ ਦੇਖੋ ਕਿ 68 ਕਿਹਦੇ ਮਗਰ ਆ ਰਿਹਾ ਭਾਈ, 68 ਕਿਹਦੇ ਕਿਹਦੇ ਵਿੱਚ ਆ ਰਿਹਾ, 68 ਇੱਥੇ ਇੱਥੇ ਆ ਰਿਹਾ, ਛੋਟੀ ਰਕਮ ਕਿਹੜੀ ਹੈ, 4 ਹੈ। ਤਾਂ ਜਦੋਂ 41 ਨੂੰ ਆਪਾਂ 3 ਵਾਰੀ ਗੁਣਾ ਕਰਾਂਗੇ ਤਾਂ ਆਪਣੇ ਕੋਲ ਆਹ ਆਨਸਰ ਆਜੂਗਾ, ਠੀਕ ਹੈ ਜੀ। ਹੁਣ ਮੈਂ ਇੱਕ ਹੋਰ ਪਾਉਣ ਲੱਗਿਆਂਗਾ, ਉਹ ਵੀ ਤੁਸੀਂ ਸਮਝ ਲਿਓ। ਠੀਕ ਹੈ ਜੀ, ਉਹ ਮੈਂ ਪਾਉਣ ਲੱਗਿਆ। ਦੇਖੋ ਜੀ 140608 ਕਿੰਨਾ ਹੋ ਗਿਆ ਪੁੱਤਰੋ, 140608। 8 ਕਿਹਦੇ ਕਿਹਦੇ ਮਗਰ ਆ ਰਿਹਾ, ਦੂਏ ਦੇ ਮਗਰ ਆ ਰਿਹਾ, ਦੂਆ ਦੋ ਮਿੰਜ ਮੈਂ ਲਾ ਲਓ। 140 ਕਿਹਦੇ ਕਿਹਦੇ ਵਿੱਚ ਆ ਰਿਹਾ, 125 ਅਤੇ 216 ਦੇ ਵਿੱਚ, ਛੋਟਾ ਕਿਹੜਾ ਹੋ ਗਈ ਨਾ, ਬੱਲੇ ਬੱਲੇ ਬਣ ਗਏ ਮੈਥ ਵਾਲੇ ਮਾਸਟਰ ਹੁਣ ਤੁਸੀਂ। ਪਤਾ ਕੀ ਚੱਕਰ ਹੈ ਪੁੱਤਰ, ਮੈਨੂੰ ਪਤਾ ਹੁੰਦਾ ਗਾ, ਮੈਂ ਤੁਹਾਨੂੰ ਕਰਵਾਉਣ ਨੂੰ ਤਾਂ ਕੀ ਆ, ਮੈਂ ਨਾ ਤੁਹਾਨੂੰ ਸਿੱਧਾ ਜੇ ਮੈਂ ਟਾਈਮ ਪਾਸ ਕਰਨਾ ਹੋਵੇ ਨਾ ਮੈਂ ਤੁਹਾਨੂੰ ਡਾਇਰੈਕਟ ਹੀ ਕਰਵਾ ਸਕਦਾ ਕਿ ਚਲੋ ਆਹ ਕਹੀਂ ਨਿਬੜ ਗਈ। ਦੇਖੋ ਮੈਂ ਘੱਟੋ ਘੱਟ ਮੇਰਾ ਇਹ ਰੂਲ ਹੁੰਦਾ ਗਾ, ਮੈਂ ਸ਼ੁਰੂ ਤੋਂ ਇਹੀ ਪ੍ਰੋਸੈਸ ਰਿਹਾ ਹੈਗਾ ਕਿ ਜਿਹੜੀ ਵੀ ਚੀਜ਼ 'ਤੇ ਆਪਾਂ ਚੱਲਣਾ ਬੱਚੋ ਸਮਝ ਕੇ। ਹੁਣ LCM ਹੈ, LCM ਦੇ ਆਪਾਂ 4 ਲੈਕਚਰ ਲਾਏ ਆ, ਠੀਕ ਹੈ। 4 ਲੈਕਚਰ ਦੇ ਵਿੱਚ ਜਿੰਨੇ ਸਵਾਲ ਕੀ ਕਰਾਇਆ, ਮੈਂ ਕੀ ਕਹਿੰਦਾ 2 ਜਾਂ 3 ਦੇ ਵਿੱਚ ਕਿਸੇ ਬੱਚੇ ਨੂੰ ਪ੍ਰੋਬਲਮ ਹੋਊਗੀ, ਨਹੀਂ ਸਾਰੇ ਬੱਚਿਆਂ ਨੇ ਹੱਲ ਕਰ ਲਿਆ। 1-2 ਸਵਾਲਾਂ ਦੇ ਵਿੱਚ ਪ੍ਰੋਬਲਮ ਹੁੰਦੀ ਆ, ਠੀਕ ਹੈ, ਹੁੰਦੀ ਆ ਪ੍ਰੋਬਲਮ, ਇਹ ਮੈਨੂੰ ਵੀ ਹੁੰਦੀ ਆਈ ਆ ਹੁਣ ਤੱਕ। ਦੇਖੋ ਨੰਬਰ ਸਿਸਟਮ ਦੇ ਆਪਾਂ ਘੱਟੋ ਘੱਟ 7 ਲੈਕਚਰ ਲਾਏ ਆ, ਉਹਦਾ ਲਾਉਣ ਦਾ ਮਤਲਬ ਬੱਚੋ ਆਪਣਾ ਇਹੀ ਹੁੰਦਾ ਕਿ ਆਪਾਂ ਚੀਜ਼ ਪੱਕੀ ਕਰਕੇ ਜਾਈਏ ਕਿ ਜਿਹੜੀਆਂ ਚੀਜ਼ਾਂ ਆਪਾਂ ਕਰ ਲਈਆਂ ਹੁਣ ਵਾਪਸ ਦਾ ਮੁੜਨੋਂ ਰਹੇ ਆਪਾਂ ਹੁਣ। ਹੁਣ ਇਹ ਕੰਮ ਤਾਂ ਹੈ ਨਹੀਂ ਕਿ ਆਪਾਂ ਵੀ ਉੱਧਰੋਂ ਤਾਂ ਫਿਰਦੇ ਹਾਂ ਟਾਈਮ ਐਂਡ ਵਰਕ ਸਪੀਡ, ਟਾਈਮ ਐਂਡ ਵਰਕ ਕਾਈ 'ਤੇ, ਅਤੇ ਫਿਰ ਆਪਾਂ ਮਗਰ ਆਵਾਂਗੇ ਮੁੜ ਕੇ, ਉਹ ਕੰਮ ਨਹੀਂ ਆਪਾਂ ਕਰਨਾ, ਠੀਕ ਹੈ ਜੀ। ਅਤੇ ਤਾਂ ਕਰਕੇ ਮੇਰਾ ਤਰੀਕਾ ਹੁੰਦਾ ਕਿ ਮੈਂ ਜਿੰਨਾ ਵੀ ਕਰਵਾਵਾਂ ਤੁਹਾਨੂੰ ਪੂਰਾ ਵਧੀਆ ਕਰਵਾ ਕੇ ਜਾਵਾਂ। ਹੁਣ ਦੇਖੋ ਅਗਲਾ ਪਾਉਣਾ ਮੈਂ ਤੁਹਾਨੂੰ ਇੱਕ, ਮੈਨੂੰ ਪੇਪਰ ਦੇ ਵਿੱਚ ਪ੍ਰਸ਼ਨ ਪਤਾ ਭਾਈ ਆਹ ਆ ਗਿਆ 493039, ਇੱਥੇ ਕਿਹੜਾ, ਤਾਂ ਭਾਈ ਮੈਂ ਡਰ ਜੂੰਗਾ ਕਿ ਜਿਹੜਾ ਐਡਾ ਬੜਾ ਸਕੇਅਰ ਰੂਟ ਕਿਵੇਂ ਕੱਢਾਂਗੇ, ਉਹ ਤਾਂ ਆਪਣੀ ਅੱਧੀ ਉਮਰ ਲੰਘ ਜੂਗੀ। ਬਸ ਚੁੱਪ ਕਰਕੇ ਦੇਖੋ ਕਿ ਨਾ ਆ ਕਿਹਦੇ ਮਗਰ ਆ ਰਿਹਾ, ਨਾ ਆ ਰਿਹਾ 9 ਦੇ ਮਗਰ, ਇੱਥੋਂ ਪਤਾ ਲੱਗਿਆ ਪਿਛਲਾ ਅੱਖਰ ਨਾ ਆ। ਮੂਹਰੇ ਦੇਖ ਲਓ 493 ਕਿਹਦੇ ਕਿਹਦੇ ਵਿੱਚ ਆ ਰਿਹਾ ਹੈਗਾ, ਠੀਕ ਹੈ। 493 ਕਿਹਦੇ ਕਿਹਦੇ ਵਿੱਚ ਆ ਰਿਹਾ ਪੁੱਤਰੋ, ਮਾਰੂ ਨਿਗਾਹ, 493 ਰਿਹਾ ਇਹਦੇ ਵਿੱਚ, ਅਤੇ ਛੋਟੀ ਕਿਹੜੀ ਆ, 7 ਹੈ, ਅਤੇ 89 ਦਾ ਆਨਸਰ ਆ ਗਿਆ। ਸੌਖਾ ਕਿ ਨਹੀਂ ਸੌਖਾ, ਇੱਕ ਹੋਰ ਕਰਵਾਉਣਾ ਤੁਹਾਨੂੰ ਮੈਂ ਇਹਦੇ ਨਾਲ ਦੇ। ਇਹ ਕਰਵਾ ਰਿਹਾ ਮੈਂ ਹੁਣ ਤੁਹਾਨੂੰ ਅਗਲਾ, ਇਹ ਤੁਸੀਂ ਨਿਗਾਹ ਮਾਰਿਓ ਸਮਾਰਕ ਇਹਦੇ 'ਚ, ₹704,969, ਠੀਕ ਹੈ। ਨਾਇਆ ਕਿਹਦੇ ਕਿਹਦੇ ਵਿੱਚ ਆ ਰਿਹਾ, ਓਨਲੀ 9 ਦੇ ਵਿੱਚ ਆ ਰਿਹਾ। 704 ਕਿਹਦੇ ਕਿਹਦੇ ਵਿੱਚ ਆ ਰਿਹਾ, ਇਹਨਾਂ ਦੋਨਾਂ ਦੇ ਵਿੱਚ ਆ, ਛੋਟੀ ਕਿਹੜੀ 8, ਤਾਂ 99 ਜਦੋਂ ਆਪਾਂ 3 ਵਾਰੀ ਗੁਣਾ ਕਰਾਂਗੇ ਤਾਂ ਆਹ ਰਕਮ ਆਪਣੇ ਕੋਲ ਆਨਸਰ ਆਜੂਗੀ। ਓਕੇ ਜੀ, ਇੱਥੋਂ ਤੱਕ ਕਲੀਅਰ ਹੈ ਮੇਰੇ ਪੁੱਤਰੋ ਸਾਰੀਆਂ ਗੱਲਾਂ। ਦੇਖੋ ਅੱਜ ਆਪਣਾ ਕਿਊਬ ਰੂਟ ਵੀ ਨਿਬੜ ਗਿਆ, ਸਕੇਅਰ ਰੂਟ ਵੀ ਆਪਣਾ ਨਿਬੜ ਚੁੱਕਿਆ, ਇੱਕ ਯੂਨਿਟ ਡਿਜਿਟ ਕਰਵਾਇਆ ਸੀ ਸਾਨੂੰ 21 ਅੰਕ, ਇਹਨਾਂ ਤਿੰਨਾਂ ਦੇ ਵਿੱਚੋਂ 3 ਨੰਬਰਾਂ ਦਾ ਮੈਥ ਦਾ ਪੇਪਰ ਬਣਨਾ, 3 ਨੰਬਰਾਂ ਦੇ ਵਿੱਚੋਂ ਪੱਕੇ ਬਣਨਾ, ਕਿਊਬ ਰੂਟ ਸਕੇਅਰ ਰੂਟ ਅਤੇ ਇਹਦੇ ਵਿੱਚੋਂ, ਠੀਕ ਹੈ ਜੀ। 20 ਨੰਬਰਾਂ ਦਾ ਮੈਥ ਹੁੰਦਾ, ਮਗਰ ਆਪਣਾ ਰਹੇਗਾ 17 ਨੰਬਰਾਂ ਦਾ ਮੈਥ। LCM ਕਰ ਲਈ, LCM ਦੇ ਵਿੱਚੋਂ ਜੇ ਆਪਾਂ ਮੰਨ ਲਈਏ ਕਿ 1 ਨੰਬਰ ਦਾ ਮੈਥ, ਇੱਕ ਦੇਖੋ ਆਪਾਂ ਅੰਦਾਜ਼ਾ ਲਾਉਣੇ ਆ,
अंदाजा लाने आप देखो कि नंबर सिस्टम के घट्टो घट दो नंबर का पेपर आना एल सी एम के दो नंबर का पेपर आना स्केयर रूट प्लस क्यूब रूट के घट्टो घट दो नंबर का पेपर आ जाना छे नंबर का पेपर अपना कवर हो गया सिंपलीफिकेशन चो आ जाएंगे दो नंबर का पेपर ठीक है डेसीमल दे विचो आऊगा एक नंबर का पेपर ठीक है किन्ने हो गए छे सत्त अठ नौ नौ नंबर अपने इतने निपट गए बाकी रहेगी अपनी टाइम एंड वर्क एक टाइम एंड वर्क चो आऊगा तो घट्टो घट चार तो पांच नंबर ऑपरेशन होगा परसेंट जकई के ठीक है सारा मैं पता कि कितों कितों पेपर आना नहीं तुम टेंशन लो बस तुम चुप करके करी चलो हूँ आप एक नवी इकाई शुरू कर लीए नाल नाल पांच दो सवाल कर लाने नवी इकाई के वो भाई इकाई का नाम है बचो डेसीमल की नाम इकाई का बचो डेसीमल आ डेसीमल आप कहने होंगे बिंदु ठीक है डेसीमल की कहने होंगे आप बिंदु कहने होंगे देखो डेसीमल की चीज़ होंगी है ऑपरेशन होने डेसीमल दे कल तो कलू करा आप डेसीमल के सवाल डेसीमल से आप बड़ा टाइम नहीं लाते कल एक दिन आप डेसीमल नवेड़ देनी है एक दिन के ही कम है डेसीमल की इकाई है बच्चों जिमें आप कह देंगे वो 348 ऑपरेशन पक्की आना हों 0.064 0.36 प्लस 0.061 कि इन्होंने आपस के जोड़ो इन आप किमें जोड़ा बच्चों सब तो पहला लिख लो 348 ठीक है वो नाल एक बार ला लो जीरो ਇਹ ਦੁਬਾਰਾ ਆ ਗਿਆ ਆਪਣੇ ਕੋਲ ਆਹ ਪੁਆਇੰਟ ਥੱਲੇ ਪੁਆਇੰਟ ਰੱਖਣਾ ਬਸ ਆਪਾਂ 0.064 ਇਸ ਤੋਂ ਬਾਅਦ 0.36 ਪੁਆਇੰਟ ਥੱਲੇ ਪੁਆਇੰਟ ਰੱਖੀ ਚੱਲੋ 0.061 ਹੁਣ ਉਹਨੇ ਪੁੱਛ ਲੱਗੀ ਵੀ ਕੀ ਆਨਸਰ ਆਊਗਾ 1 10 12 ਤੇ 1 13 3 ਇੱਕ 4 8 348 ਪੁਆਇੰਟ 4301 ਆਪਣੇ ਕੋਲ ਆਨਸਰ ਆ ਚੁੱਕਿਆ ठीक है जी ये होंदा डेसीमल डेसीमल दे विच आपां करांगे कल नूं एक गाई दे एक दिन जी आपां डेसीमल नबेड़दे क्योंकि डेसीमल तो ऑपरेशन आउंदे ही आउंदे आ हुण जिवें ऑपरेशन आया सी पिछली बार पेपर दे विच कहिंदे दसो 82 0.64 दे विचों 37 99 62 घटाउणे आ तां किन्ना आंसर आऊगा ठीक है जी आ चीज़ करनी है किन्ना आंसर आऊगा देखो पॉइंट थले पॉइंट ला दो इतने आपको संख्या दी से जिते संख्या ना दी हो बस एक ये रखना मूली संख्या जी होंगी ना बच्चों हमेशा बड़ी होंगी होंगी है ठीक है मगर चाहे अखर वध हो आ सवाल आया इस रोड पाया वासी इन्होंने 62.64 के बच्चों 37 इतने अद्धे बच्चे कहेंगे आ रकम बड़ी है बच्चों मूली रकम देखनी आप पिछली रकम कदें नहीं देखनी पिछली रकम आप बैलेंस करने वास्ते जीरो जरूर ला सकते हैं जो मेहनत करना किमें आऊगा इधर हासिल गया दसा के दो कड्ढे किन्ने रह गए 8 इधर किन्ने रह गए सी 3 इधर हासिल गया 13 13 चो 6 कड्ढे किन्ने रह गए बच्चो 13 चो 6 कड्ढे 4 7 ठीक है इतने रह गए 7 इधर रह गए सी 5 इधर हासिल गया 15 चो 9 कड्ढे किन्ने रह गए 6 इत्थे आ गया अपने कोले 0 इत्थे आ जाओ अपने कोले 0 ओके जी नहीं एक रह जाओ इत्थे इतने आजगा एक अपने को इधर है कि एक जो 11 चो चार कटे 4 इधर हासिल वा गया से 7 रह गए सत्तर ने कटे 4 ओके जी आ गया पुत्र अपने को आंसर ओके जी एक घटाणिया सीख लो रकम एक तो होर पाँगा गा मैं डेसीमल दे क्योंकि डेसीमल के पेपर तो आते फुल चांस कल आप एक दिन जी डेसीमल भी नबेड़ देनी है एक दिन मैं बद दिन नहीं रहा डेसीमल से क्योंकि तुम बच्चे बहुत शार हो मैं पता है तो कुछ ना कुछ लैके निबड़ोंगे पेपर के जिमें ऑपरेशन आया से बच्चों पेपर के कहते 33.33 प्लस 3.033 माइनस 0.03 क्या दसो कि आऊगा सब तो पहले आप करते होंगे डेसीमल के हिसाब से आप करते होंगे पहले आप बॉडमास नहीं करवाया पहले आह ब्रैक्ट हल करने फिर आह ठीक है फिर आप करते होंगे ब्रैक्ट हल इस बाद करते होंगे भाग गुणा प्लस माइनस पहले प्लस प्लस वाले आपस जोड़ देने आप 33.333 जी आप अगली रकम उतारा बच्चों पॉइंट के पॉइंट वाली पॉइंट के थली लगती होंगी भावें छोटी है भावें बड़ी है ठीक है हम आप जोड़ दिए आपस के जो आप इसे जोड़ती भाई इतने 6.63 यह बन गया 36.336 हम आप घटा देने पॉइंट थले पॉइंट ही लाना 2.003 जो घटावे इतने 3 इतने 6 इतने 3 4 तो 34.363 है बच्चों ये आप करना है एस्ट्रो अद्धे बच्चों लगता हूँ सौखा पर बच्चों जो ये गाह जाके भाग आऊगी ना डेसीमल के उदू तुम उलझोगे जो गुणा होगी उदू तुम उलझोगे तो करके आप कलू भाई डेसीमल हल किस हिसाब से करने कलू एक दिन के मैं कलू डेसीमल के घट्टो घट्ट 20 ऑपरेशन करवाऊँगा
ਅਤੇ ਉਹ ਭਾਈ ਤੁਸੀਂ ਕਰਨੇ ਆ। ਅਤੇ ਇੱਕ ਭਾਈ ਮੈਂ ਕਿਊਬ ਰੂਟ 'ਤੇ ਤੁਹਾਨੂੰ ਸਵਾਲ ਦੱਸਦਾ, ਉਹ ਸਵਾਲ ਤੁਸੀਂ ਕਿਊਬ ਰੂਟ 'ਤੇ ਕਰਨੇ ਹੈਗੇ। ਇੱਕ ਤਾਂ ਤੁਸੀਂ ਕਰਨਾ ਕਿਊਬ ਰੂਟ ਦਾ ਆਹ ਸਵਾਲ ਹੱਲ, ਓਕੇ ਜੀ। ਇੱਕ ਕਰਨਾ ਆਹ ਹੱਲ, ਓਕੇ ਜੀ। ਇੱਕ ਮੈਂ ਤੁਹਾਨੂੰ ਹੋਰ ਪਾਉਣ ਲੱਗਿਆਂਗਾ, ਸਵਾਲ ਸੌਖੇ ਆ, ਇੰਨਾ ਉਲਝ ਡਰਿਆ ਨਾ ਕਰੋ ਬਸ ਸਵਾਲਾਂ ਤੋਂ। ਤੁਹਾਨੂੰ ਦੱਸਿਆ ਕਿ ਜਦੋਂ ਕਿਸੇ ਚੀਜ਼ ਤੋਂ ਭੱਜੋਗੇ ਉਨੀ ਮੂਹਰੇ ਆਉਂਦੀ ਹੈ। ਲਾਸਟ ਸਵਾਲ ਆਹ, ਠੀਕ ਹੈ ਜੀ, ਓਕੇ। ਇਹ ਤਿੰਨੇ ਦੇ ਤਿੰਨੇ ਸਵਾਲ ਕਰਨੇ ਆ, ਅਤੇ ਡੈਸੀਮਲ ਆਪਾਂ ਕੱਲ੍ਹ ਨੂੰ ਕਰਾਂਗੇ, ਇੱਕ ਦਿਨ ਦੇ ਵਿੱਚ ਆਪਾਂ ਡੈਸੀਮਲ ਨਿਬੇੜ ਦੇਣੀ ਹੈ। ਮੈਂ ਪੁੱਤਰ ਤੁਹਾਨੂੰ ਸਿੱਧੀ ਗੱਲ ਹੈਗੀ, ਮੇਰਾ ਹੱਕ, ਮੈਂ ਸਿਰਫ ਇਹ ਨਹੀਂ ਚਾਹੁੰਦਾ ਕਿ ਤੁਸੀਂ ਮੈਨੂੰ ਫੀਸ ਦਿੱਤੀ ਹੈ ਜਾਂ ਇਹ ਚੀਜ਼ਾਂ ਨੇ, ਮੈਂ ਕਦੇ ਨਹੀਂ ਸੋਚ ਕੇ ਚੱਲਦਾ ਹੁੰਦਾ। ਜੇ ਤੁਸੀਂ ਮੇਰੇ ਕੋਲ ਵਿਸ਼ਵਾਸ ਵੀ ਬਹੁਤ ਵੱਡੀ ਚੀਜ਼ ਹੁੰਦੀ ਹੈ, ਠੀਕ ਹੈ, ਤੁਸੀਂ ਮੇਰੇ ਕੋਲ ਵਿਸ਼ਵਾਸ ਕਰਕੇ ਆਏ ਹੋ, ਤਾਂ ਕਰਕੇ ਮੇਰਾ ਸਿਰਫ ਫੋਰਮੈਲਿਟੀ ਵਾਲਾ ਕੰਮ ਨਹੀਂ ਹੈਗਾ ਕਿ ਵਿਊ ਲੈ ਲਏ ਕੰਮ ਖਤਮ, ਠੀਕ ਹੈ। ਵਿਊ ਮੈਨੂੰ ਵੀ ਲੈਣੇ ਆਉਂਦੇ ਆ ਕਿ ਚੁੱਪ ਕਰਕੇ ਇੱਕ ਦਿਨ ਦੇ ਵਿੱਚ ਵੀਡੀਓ ਕਰਵਾਤੀ, ਇੱਕ ਲੈਕਚਰ, ਦੋ ਲੈਕਚਰ ਲਾਤੇ, ਵੱਧ ਤੋਂ ਵੱਧ ਸੌਖੇ ਸੌਖੇ ਜੇ ਕਰਵਾਤੇ, ਮੁੜ ਕੇ ਚੱਲੋ ਪਰੇ। ਮੁੜ ਕੇ ਜੇ ਤੁਹਾਨੂੰ ਟੈਸਟ ਲਾਊਂਗਾ ਨਾ ਕਿਰਨ, ਤਾਂ ਉਦੋਂ ਥੋੜ੍ਹਾ ਦੇਖ ਧੂੰਆਂ ਨਿਕਲਦਾ ਫਿਰ। ਇਦੋਂ ਬਾਅਦ ਬਸ ਆਪਾਂ ਦਵਾ ਦਵਾ ਨਿਬੇੜ ਦਈਏ ਇਹ, ਅਤੇ ਇਸ ਤੋਂ ਬਾਅਦ ਤੁਹਾਡੇ ਟੈਸਟ ਲੱਗਿਆ ਕਰਨਗੇ ਕਿਰਨ ਦੀ ਬੁੱਕ ਦੇ ਵਿੱਚੋਂ, ਅਤੇ ਉਹ ਟੈਸਟ ਤੁਹਾਡੀ ਇੰਨੀ ਤਸੱਲੀ ਕਰਾ ਦੇਣਗੇ, ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ, ਭਾਵੇਂ ਤੁਸੀਂ ਬੈਂਕ ਦਾ ਪੇਪਰ ਦੇ ਦਿਓ। ਜੇ ਤੁਸੀਂ ਉਹ ਬੁੱਕ ਦੇ ਉਹ ਪ੍ਰਸ਼ਨ ਹੱਲ ਕਰਤੇ ਨਾ, ਮੈਂ ਤੁਹਾਨੂੰ ਮੰਨ ਜੂੰਗਾ, ਤੁਹਾਨੂੰ ਕੋਈ ਨਹੀਂ ਰੋਕ ਸਕਦਾ, ਮੈਥ ਦੇ ਟੀਚਰ ਬਣ ਜੂੰਗੇ ਤੁਸੀਂ ਪੂਰੇ ਵਧੀਆ, ਓਕੇ ਜੀ। ਅਤੇ ਇੱਕ ਦੋ ਬੱਚਿਆਂ ਨੇ ਮੈਨੂੰ ਦੱਸਿਆ ਸੀ ਕਿ ਸਾਨੂੰ ਸਵਾਲ ਨਹੀਂ ਆਏ ਸਮਝ ਕੱਲ੍ਹ ਵਾਲੇ, ਅਤੇ ਉਹ ਬੱਚੋਂ ਕੱਲ੍ਹ ਨੂੰ ਮੈਂ ਡਿਸਕਸ ਕਰੂੰਗਾ, ਅੱਜ ਥੋੜ੍ਹਾ ਟਾਈਮ ਘੱਟ ਹੈਗਾ, ਠੀਕ ਹੈ, ਫਿਰ ਵੀਡੀਓ ਲੰਬੀ ਵਾਲੀ ਹੋ ਜੂਗੀ। ਅਤੇ ਧੰਨਵਾਦ ਮੇਰੇ ਦੋਸਤੋ, ਸੱਚ ਇੱਕ ਬਾਈ ਲਾਇਕ ਕਰੋ, ਲਾਇਕ ਕਰੋ ਬੰਦਿਆਂ ਕੋ, ਭੁੱਲ ਜਾਂਦੇ ਤੁਸੀਂ ਬਾਅਦ 'ਚ, ਮੈਨੂੰ ਪਤਾ ਹੈਗਾ, ਫਿਰ ਮੈਂ ਕੀ ਕਹਿਣਾ, ਫਿਰ ਬੱਕਰੇ ਘਟਾ ਲੂੰਗਾ ਤੁਹਾਨੂੰ ਮੈਂ, ਠੀਕ ਹੈ। ਅਤੇ ਦੇਖੋ ਪੁੱਤਰੋ, ਲਾਈਕ ਕਰਦਿਆ ਕਰੋ, ਅਤੇ ਇੱਕ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ, ਆਪਦੇ ਬੰਦੇ ਤੁਸੀਂ ਕਰਦਿਆ ਕਰੋ ਯਾਰ, ਮਿਹਨਤ ਨਾ ਕਰਿਆ ਕਰੋ ਮੇਰੀ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਬਾਅਦ।